ਯੂਨੀਵਰਸਿਟੀ ਵਾਲਾ ਜਿਹੜਾ ਮੁੱਦਾ ਵੀ ਗਰਮਾਇਆ ਹੋਇਆ ਹੈ, ਪੰਜਾਬ ਸਰਕਾਰ ਨੇ ਬਿੱਲ ਭੇਜੇ ਸੈਂਟਰ ਨੂੰ ਕਿ ਸਾਨੂੰ ਭਾਈ ਯੂਨੀਵਰਸਿਟੀਆਂ ਦਾ ਕਰਤਾ ਧਰਤਾ ਬਣਾਓ, ਚਾਂਸਲਰ ਬਣਾਓ, ਉਹ ਬਿੱਲ ਕਹਿੰਦੇ ਵੀ ਰੱਦ ਹੋ ਗਏ ਨੇ, ਇਹ ਖਬਰ ਵੀ ਸਪਸ਼ਟ ਕਰਿਓ ਜੀ। ਦੇਖੋ ਗੱਲ ਇਹ ਆ ਕਿ ਰਾਸ਼ਟਰਪਤੀ ਨੇ ਉਹ ਬਿੱਲ ਵਾਪਸ ਭੇਜ ਦਿੱਤਾ ਜੀ, ਮਨਜ਼ੂਰ ਨਹੀਂ ਕੀਤਾ ਕਹਿਣ ਦਾ ਭਾਵ ਆ। ਪਹਿਲਾਂ ਰਾਜਪਾਲ ਨੇ ਰੱਖੀ ਰੱਖਿਆ ਆਪਦੇ ਕੋਲ, ਫਿਰ ਇਹ ਸੁਪਰੀਮ ਕੋਰਟ 'ਚ ਗਏ ਸਨ ਅਤੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਉਹਨਾਂ ਨੇ ਬਿੱਲ ਗਾਂ ਭੇਜੇ ਆ। ਚਲੋ ਰਾਸ਼ਟਰਪਤੀ ਨੇ ਜੇ ਵਾਪਸ ਭੇਜਿਆ ਤਾਂ ਕੁਛ ਸੋਚ ਕੇ ਭੇਜੇ ਹੋਣਗੇ ਜੀ, ਕੋਈ ਇਤਰਾਜ਼ ਲਾ ਕੇ ਭੇਜਿਆ। ਬਿਲਕੁਲ, ਹੁਣ ਇਹ ਚਾਂਸਲਰ ਬਣਨੂੰ ਫਿਰਦੇ ਸਨ ਖੁਦ ਮਾਨ ਸਾਹਿਬ ਕਿ ਬਈ ਅਸੀਂ ਉਹ ਸਾਰਾ ਕੁਛ ਬਣ ਜਾਣਾ ਆ, ਯਾਨੀ ਮੁੰਬਈ ਕਾ ਕਿੰਗ ਕੌਣ, ਭਿੰਕੂ ਮਾਤਰੇ, ਉਹ ਹਿਸਾਬ ਕਿਤਾਬ ਸੀਗਾ ਕਿ ਕਿੰਗ ਬਣਨਾ ਯੂਨੀਵਰਸਿਟੀਆਂ ਦਾ। ਤਾਂ ਉਹ ਕਹਿੰਦੇ ਕਿ ਨਹੀਂ ਨਹੀਂ ਕਿੰਗ ਤੋਂ ਬਈ ਵਹੀ ਰਹੇਗਾ ਰਾਜਪਾਲ ਸਾਹਿਬ, ਰਾਜਪਾਲ ਸਾਹਿਬ ਹੀ ਰਹਿਣਗੇ। ਤਾਂ ਗੱਲ ਇਹ ਆ ਸੁਖਮ ਸਾਹਿਬ ਬਈ, ਇੱਕ ਨਾ ਕਹਾਵਤ ਆ, ਉੱਜੜ ਗਈਆਂ ਭਰਜਾਈਆਂ ਵਾਲੀ ਜਿਨ੍ਹਾਂ ਦੇ ਜੇਠ ਜੀ, ਜੇ ਚਾਂਸਲਰ ਸਾਹਿਬ ਇਸ ਤਰ੍ਹਾਂ ਦੇ ਹੋਣਗੇ ਨਾ ਸਾਡੇ, ਤਾਂ ਮੈਂ ਤੁਹਾਨੂੰ ਇੱਕ ਨਾ ਮਿਸਾਲ ਦਿੰਦਾ। ਮੈਂ ਕੁਛ ਆ ਯੂਨੀਵਰਸਿਟੀਆਂ ਦੇ ਨਾਂ ਨੋਟ ਕਰਕੇ ਲਿਆਇਆ। ਕੁਛ ਹਫ਼ਤੇ ਪਹਿਲਾਂ ਮੇਰੇ ਇੱਕ ਮਿੱਤਰ ਨੇ ਲਹਿਰੀ ਸਾਹਿਬ, ਉਹਨਾਂ ਨੇ ਇੱਕ ਰਿਪੋਰਟ ਕੀਤੀ ਸੀਗੀ ਜੀ, ਪਟਿਆਲਾ ਯੂਨੀਵਰਸਿਟੀ, ਸ਼ਹੀਦ ਭਗਤ ਸਿੰਘ ਤਕਨੀਕੀ ਯੂਨੀਵਰਸਿਟੀ ਫਿਰੋਜ਼ਪੁਰ, ਬੇਅੰਤ ਸਿੰਘ ਸਰਕਾਰੀ ਟੈਕਨੀਕਲ ਯੂਨੀਵਰਸਿਟੀ ਗੁਰਦਾਸਪੁਰ, ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਸ਼ਦੇਵ ਬਠਿੰਡੇ ਵਾਲੀ ਹੈ ਨਾ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ, ਇਹ ਸਾਰੇ ਐਕਸਟੈਂਸ਼ਨ 'ਤੇ ਵੀ ਸੀ ਚੱਲ ਰਹੇ ਨੇ ਜੀ। ਹੁਣ ਇਹਨਾਂ 'ਚ ਪਤਾ ਨਹੀਂ ਕੋਈ ਪੱਕਾ ਲੱਗ ਗਿਆ ਹੋਵੇ ਕਿ ਲੱਗ ਨਹੀਂ, ਉਹ ਮੈਨੂੰ ਪਤਾ ਨਹੀਂ। ਕੁਛ ਹਫ਼ਤੇ ਪਹਿਲਾਂ ਤੱਕ ਦੀ ਇਹ ਪਰਿਸਥਿਤੀ ਸੀ, ਜਦਕਿ ਕਹਿੰਦੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਵੀ ਸੀ, ਹੈ ਹੀ ਨਹੀਂ ਆ ਕੋਈ ਜੀ, ਚਾਰਜ ਵੀ ਹੈ ਨਹੀਂ ਸੀ ਜੀ ਜੀ, ਕੁਛ ਹਫ਼ਤੇ ਪਹਿਲਾਂ ਤੱਕ। ਯਾਨੀ ਇਸ ਤਰ੍ਹਾਂ ਦੀ ਸਾਡੀ ਹਾਲਤ ਆ ਕਿ ਉਹ ਜਿਹੜੀ ਸ਼ਹੀਦ ਭਗਤ ਸਿੰਘ, ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਜਿਹੜੀ ਤਕਨੀਕੀ ਯੂਨੀਵਰਸਿਟੀ ਆ ਫਿਰੋਜ਼ਪੁਰ ਵਾਲੀ, ਉਹਨੂੰ ਤਾਂ ਬੰਦ ਕਰਨ ਦਾ ਸੋਚਦੇ ਪਏ ਨੇ। ਅਤੇ ਜੇ ਚਾਂਸਲਰ, ਮਤਲਬ ਕਿ ਇਹੀ ਆ ਕਿ ਹੁਣ ਵੀ ਜਿਵੇਂ ਕਹਿ ਲਓ ਕਿ ਸਾਡੇ ਵੱਲੋਂ ਉਹ ਆ ਜਾਵੇ, ਸਾਡੇ ਵੱਲੋਂ ਉਹ ਆ ਜਾਵੇ, ਸਾਡੇ ਹਾਲ 'ਤੇ ਮੈਨੂੰ ਲੱਗਦਾ, ਮੈਨੂੰ ਜਾਪਦਾ ਇਹੀ ਰਹਿਣੇ ਆ ਜੀ ਜੀ। ਇਹ ਅੱਗੇ ਬੀ ਸੀ ਲਾਉਣ ਤੋਂ ਹੀ ਭਿੜੇ, ਇਹਨਾਂ ਨੇ ਗੁੱਸੇ ਦੇ ਵਿੱਚ ਉਹ ਬਿੱਲ ਲੈ ਆਉਂਦੇ ਜੀ। ਤੁਸੀਂ ਜਾਂ ਤਾਂ ਕਾਨੂੰਨੀ ਰਾਏ ਲੈ ਕੇ ਜਿਹੜੀ ਹੈ ਬਿਲਕੁਲ ਕੋਈ ਸੋਚ ਉਹ ਸਾਰਾ ਕੁਛ ਕਰੋ, ਅਤੇ ਜੇ ਤੁਸੀਂ ਕਾਨੂੰਨੀ ਪੱਖ ਤੋਂ ਮਜ਼ਬੂਤ ਹਾਂ ਤਾਂ ਜਾਓ ਕੋਰਟ 'ਚ ਜੀ। ਇਹ ਤਾਂ ਕਹਿੰਦੇ ਸੀ RDF ਦਾ ਪੈਸਾ ਵੀ ਮੈਂ ਪਹਿਲੀ ਤਰੀਕ 'ਤੇ ਲੈ ਆਉਣਾ, ਹੁਣ ਕਿੱਥੇ ਆ ਉਹ? 7,000 ਕਰੋੜ ਦੇ ਕਰੀਬ ਬਣਿਆ ਪਿਆ, ਸੜਕਾਂ ਸਾਡੀਆਂ ਡੇਲੀ ਵਿਚਾਰੀਆਂ ਨਾ ਡੇਲੇ ਐਂ ਕਰਕੇ ਵਹਿੰਦੀਆਂ ਕਿ ਮਾਨ ਸਾਹਿਬ ਪਤਾ ਨਹੀਂ ਕਦੋਂ ਟੋਕਰੇ ਭਰ ਕੇ ਲੈ ਕੇ ਆਉਣਗੇ, ਟੋਕਰੇ ਭਰ ਕੇ ਲੈ ਕੇ ਆਉਣਗੇ, ਅੱਜ ਉਹ ਤਰੀਕ ਤੋਂ ਆ ਜਾਣਗੇ, ਕੱਲ੍ਹ ਤਰੀਕ ਤੋਂ ਆ ਜਾਣਗੇ। ਤਾਂ ਇਹ ਮਤਲਬ ਕਿ ਆਉਂਦੇ ਹੀ ਨਹੀਂ, ਉਹ ਸੁੱਕੀ ਜਾਂਦੀਆਂ ਨੇ ਵਿਚਾਰੀਆਂ ਉਡੀਕ ਦੇ ਵਿੱਚ। ਸੋ ਇਹ ਹਾਲ ਆ ਸਾਡੀਆਂ ਯੂਨੀਵਰਸਿਟੀਆਂ ਦਾ, ਸਾਡੀ ਉਚੇਰੀ ਸਿੱਖਿਆ ਦਾ ਜੀ। ਇਹ ਬੰਨੂ ਫਿਰਦੇ ਆ ਕਿ ਲੰਬੜਦਾਰੀ ਸਾਡੇ ਕੋਲ ਆ ਜਾਵੇ ਤਾਂ ਕਿ ਕੋਈ 2-4 ਉੱਥੋਂ ਦਿੱਲੀਓਂ ਹੋਰ ਆ ਜਾਣ, ਹੋਰ ਕੀ ਉਹ ਆਪਦੀ ਮਰਜ਼ੀ ਦੇ ਮਨਜ਼ੂਰ ਕਰਦੇ, ਆਪਦੀ ਮਰਜ਼ੀ ਦੇ ਮਨਜ਼ੂਰ ਕਰੀ ਜਾਣ ਜੀ। ਐਜੂਕੇਸ਼ਨ ਦਾ ਤਾਂ ਖੈਰ ਕਰੋਨਾ ਵੇਲੇ ਤੋਂ ਹੀ ਜਲੂਸ ਨਿਕਲਣਾ ਸ਼ੁਰੂ ਹੋਇਆ ਸੀ ਅਤੇ ਹੁਣ ਤਾਂ ਖੈਰ ਜਮਾਂ ਸਿਰੇ 'ਤੇ ਪਹੁੰਚਿਆ ਹੋਇਆ ਕੰਮ। ਮਿੰਟੂ ਜੀ, ਜੇ ਤੁਸੀਂ ਗੱਲ ਕਰ ਰਹੇ ਸੀ ਤਾਂ ਉਵੇਂ ਮੈਂ ਸੋਚ ਰਿਹਾ ਸੀ ਸਤੰਬਰ ਵਰਾ ਵੀ, ਸਤੰਬਰ ਮਹੀਨਾ ਵੀ ਜਿਵੇਂ ਆ ਰਿਹਾ ਨੇੜੇ, ਇਹਦੇ 'ਚ ਕਹਿੰਦੇ ਵਿੱਤੀ ਸੰਕਟ ਵਾਲਾ, ਅਤੇ ਜੇ 7,000 ਕਰੋੜ ਉਹ ਵੀ ਨਾ ਆਇਆ ਤਾਂ ਫਿਰ ਵਿੱਤੀ ਸੰਕਟ ਨੇ ਆ ਹੀ ਜਾਣਾ। ਵਿੱਤੀ ਸੰਕਟ, ਚਲੋ ਵਿੱਤੀ ਸੰਕਟ ਤਾਂ ਆਇਆ ਪਿਆ ਜੀ, ਜੇ ਆਪਾਂ ਬੁਖਾਰ ਚੜ੍ਹੇ ਤਾਂ ਕਹੀ ਜਾਈਏ ਕਿ ਯਾਰ ਬੁਖਾਰ ਨਾ ਚੜ੍ਹ ਜਾਵੇ, ਤਾਂ ਫਿਰ ਤਾਂ ਆਪਾਂ ਮੂਰਖ ਆ ਜੀ, ਬੁਖਾਰ ਤਾਂ ਚੜ੍ਹਿਆ ਪਿਆ, ਚੜ੍ਹਿਆ ਪਿਆ ਬਿਲਕੁਲ। ਜੇ ਬੁਖਾਰ ਚੜ੍ਹੇ 'ਚ ਤੁਸੀਂ ਬੁਖਾਰ ਨੂੰ ਉਡੀਕੀ ਜਾਓਗੇ ਤਾਂ ਫਿਰ ਤੁਹਾਡੇ ਤੋਂ ਮੈਂਟਲ ਕਿਹੜਾ, ਮੈਂਟਲ ਕੇਸ ਹੈ ਫਿਰ ਜੀ। ਗੱਲ ਇਹ ਆ ਕਿ ਬਈ ਵਿੱਤੀ ਸੰਕਟ ਹੈ,
ਵਿੱਤੀ ਸੰਕਟ ਜਦੋਂ ਤੁਹਾਡੇ ਕੋਲ ਵਿਆਜ ਮੋੜਨ ਜੋਗਾ, ਮੂਲ ਮੋੜਨ ਜੋਗਾ, ਤੁਹਾਡੇ ਕੋਲ ਪੈਨਸ਼ਨਾਂ ਦੇਣ ਜੋਗਾ, ਸਬਸਿਡੀਆਂ ਦੇਣ ਜੋਗਾ ਸਰਪਲਸ ਪੈਸਾ ਹੀ ਨਹੀਂ ਹੈ ਜੀ ਜੀ, ਤਾਂ ਵਿੱਤੀ ਸੰਕਟ ਤੇ ਆਲਮੋਸਟ ਮੇਰਾ ਮੰਨਣਾ ਹੈਗਾ ਕਿ ਹੈ ਸਾਡੇ ਕੋਲ, ਬਿਲਕੁਲ ਪਰ ਉਹ ਅਜੇ ਤੱਕ ਪਲੋਸਾ ਪਲੋਸੀ ਕਰਕੇ ਟਾਈਮ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਦਾਂ ਹੀ ਆ ਬਸ ਬੰਨ ਸੁੱਪ ਕਰਕੇ ਹੀ ਆ ਜੀ ਜੀ ਜੀ। ਸ਼ਾਇਦ ਉਹ 7 ਲਿਖਿਆ ਹੋਇਆ ਜਾਂ 007 ਜੀ, ਤੁਸੀਂ ਫਿਲਮ ਨਹੀਂ ਦੇਖਦੇ 007? ਇਹ ਤੇ ਬੜਾ ਖਤਰਨਾਕ ਕਹਿ ਲਓ ਕਿ ਨੰਬਰ ਹੈ ਜੀ 007। ਮੈਂ ਤਾਂ ਹੀ ਥੋੜਾ ਕਨਫਿਊਜ਼ ਸੀਗਾ, ਉਹਨਾਂ ਦਾ ਕੰਟਰੀਬਿਊਸ਼ਨ ਆਇਆ ਜੀ, ਸ਼ੁਕਰੀਆ ਤੁਹਾਡਾ ਜੀ। ਅਗਲੀ ਖਬਰ ਵੱਲ ਮਿੰਟੋ ਜੀ ਤੁਸੀਂ ਕੋਈ ਕਮੈਂਟ ਲੈਣਾ ਲੈ ਲਓ, ਕੋਈ ਗੱਲ ਨਹੀਂ, ਐਡੀ ਵੀ ਕੋਈ ਕਾਲੀ ਨਹੀਂ ਹੈ, ਕਾਲੀ ਮੈਂ ਕਰਨੀ ਹੈ ਖਬਰਾਂ, ਮੇਰੇ ਤੇ ਡਿਪੈਂਡ ਹੈ, ਮੈਂ ਮਿੰਟ ਮਿੰਟ 'ਚ ਵੀ ਨਿਬੇੜ ਦੂੰਗਾ ਜੀ। ਇਹ ਮੇਰੇ ਤੇ ਛੱਡ ਦਿਓ, ਪੜ ਦੇਣੇ ਕੋਈ ਗੱਲ ਨਹੀਂ। ਇਹ ਜਿਹੜੀ ਇਹ ਘੜੀ ਰਾਣੀ ਹੈ ਨਾ ਮੇਰੀ, ਇਹਦੇ ਤੇ ਬਹੁਤ ਅੱਖ ਰਹਿੰਦੀ ਆ ਜੀ। ਹਾਂ ਜੀ ਜੀ, ਹਰਪ੍ਰੀਤ ਸਿੰਘ ਸਰਾਂ ਕਹਿ ਰਹੇ ਨੇ ਕਿ ਯੂਪੀ ਟ੍ਰੇਨ ਹਾਦਸੇ ਦੀ ਕੋਈ ਜਾਣਕਾਰੀ ਦਿਓ। ਨਹੀਂ ਹਾਲ ਦੀ ਕੜੀ, ਕਿਉਂਕਿ ਅਸੀਂ ਤੇ ਇੱਥੇ ਦੇਖੋ ਔਨ 에ਅਰ ਬੈਠੇ ਆ ਜੀ, ਤੇ ਸਾਡੇ ਕੋਲ ਕੋਈ ਜਾਣਕਾਰੀ ਹੈ ਨਹੀਂ ਠੋਸ ਤੌਰ ਤੇ ਜੀ, ਤੇ ਬਾਕੀ ਬਈ ਕੱਲ ਨੂੰ ਦੇਖ ਲਵਾਂਗੇ। ਦੁਆਈ ਹੁਣ ਤੇ ਇਸ ਵੇਲੇ ਦੁਆਈ ਕਰ ਰਹੇ ਆ ਆਪਾਂ ਕਿ ਬਈ ਕੋਈ ਜ਼ਿਆਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਪਰ ਐਤਕੀ ਦੇਖੋ ਤੁਸੀਂ ਮੋਦੀ ਦੀ ਕਿਸਮਤ ਕਿ ਪੈਂਦੀ ਸੱਟੇ ਹੀ, ਜਿਵੇਂ ਹੀ ਇਹ ਬਣੇ ਨੇ ਤੀਸਰੀ ਵਾਰ ਪ੍ਰਾਈਮ ਮਿਨਿਸਟਰ, ਰੇਲ ਹਾਦਸੇ ਸ਼ੁਰੂ ਹੋ ਗਏ, ਪੁਲਾਂ ਨੇ ਖੁਦਕੁਸ਼ੀ ਸ਼ੁਰੂ ਕਰ ਦਿੱਤੀ, ਉੱਧਰੋਂ ਅੱਤਵਾਦੀ ਹਮਲੇ ਸ਼ੁਰੂ ਹੋ ਗਏ, ਬਿਲਕੁਲ ਸਿਆਸੀ ਤੌਰ 'ਤੇ ਘੇਰਾਬੰਦੀ ਸ਼ੁਰੂ ਹੋ ਗਈ ਜੀ ਜੀ, ਉੱਧਰੋਂ NTA ਹੈ ਜੀ, UPSC ਹੈ ਜੀ, ਉਹਨਾਂ ਦੀ ਖਿੱਦੋ ਖਿਲਰ ਗਈ ਜੀ ਜੀ ਜੀ। ਯਾਨੀ ਐਤਕੀ ਗ੍ਰਹਿ ਨਛੱਤਰ ਜਿਹੜੇ ਆ ਨਾ, ਥੋੜ੍ਹੇ ਇੱਦਾਂ ਦਾ ਹਿਸਾਬ ਕਿਤਾਬ ਹੈ ਕਿ ਗਿੱਲੇ ਸਿੱਲੇ ਜੇ ਲੱਗਦੇ ਨੇ ਜੀ ਜੀ। ਮਨਜੀਤ ਸਿੰਘ ਦਾ ਕਮੈਂਟ ਹੈ, ਕਹਿੰਦੇ ਕਿ ਪੁਲਿਸ ਦੇ 3 ਸਾਲ ਤੱਕ 17,000 ਰੁਪਏ ਦਿੰਦੇ ਆ। ਇੱਕ ਕਮੈਂਟ ਹੋਰ ਹੈ, 17,000 3 ਸਾਲ ਤੱਕ, ਯਾਨੀ ਪ੍ਰੋਬੇਸ਼ਨ ਪੀਰੀਅਡ ਦੀ ਗੱਲ ਕਰਦੇ ਆ ਜੀ, ਇਹ ਸਾਰਿਆਂ ਨੂੰ ਇੰਨਾ ਹੀ ਦਿੰਦੇ ਆ, ਬੇਸਿਕ ਹੀ ਦਿੰਦੇ ਨੇ, ਗਲਤ ਹੈ ਇਹਦੇ 'ਤੇ ਆਪਾਂ ਕਿਸੇ ਦਿਨ ਫਿਰ ਖੁੱਲ੍ਹ ਕੇ ਗੱਲ ਕਰ ਜੀ ਜੀ। ਕੁਲਵੰਤ ਜੀ ਕਹਿੰਦੇ ਨੇ ਕਿ ਸਭ ਤੋਂ ਵੱਧ ਲੀਡਰਾਂ ਦਾ ਜਿਹੜਾ 15,000 ਫੋਨ ਵਾਲਾ ਖਰਚਾ ਹੈ, ਉਹ ਵੀ ਬਹੁਤ ਦੁਖਦਾ ਹੈ। ਹਾਂਜੀ ਹਾਂਜੀ, ਨਹੀਂ ਜਿਸ ਤਰ੍ਹਾਂ ਅੰਬਾਨੀ ਅੰਕਲ ਚੱਕ ਰਹੇ ਆ ਕੰਮ, ਆਪਦਾ ਮੁੰਡਾ ਉਹਨਾਂ ਨੇ ਵਿਆਹ ਲਿਆ ਬਈ, ਜਿਸ ਤਰ੍ਹਾਂ ਉਹ ਕੰਮ ਚੱਕੀ ਜਾਂਦੇ, ਮੈਨੂੰ ਲੱਗਦਾ 15,000 ਵਾਲਾ ਕੰਮ ਸਰਪਲਸ ਹੋ ਜਾਣਾ ਛੇਤੀ, ਜਿਸ ਤਰ੍ਹਾਂ ਉਹ ਪੈਕ ਚੱਕੀ ਜਾਂਦੇ ਆ, 64 ਚੱਕੀ ਜਾਂਦੇ ਨੇ ਉੱਤੇ ਜੀ ਜੀ। ਮਿੰਟੂ ਜੀ ਅਗਲੀ ਖਬਰ ਆਪਾਂ ਲੈਂਦੇ ਹਾਂ ਜੀ। ਇੱਕ ਚੀਜ਼ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਦੇਖੀ ਹੋਣੀ, ਮੈਂ ਵੀ ਦੇਖ ਰਿਹਾ, ਅੱਜ ਕੱਲ੍ਹ ਲੋਟਰੀ ਸਿਸਟਮ, ਡਰਾ ਸਿਸਟਮ ਜਿਹੜਾ ਬੜਾ ਚੱਲਿਆ ਹੋਇਆ, ਉਹ ਚਲੋ ਉਹ ਜਿਹੜਾ ਆਮ ਚੱਲਿਆ, ਉਹ ਲੋਕਾਂ ਦੇ ਆਪਦੇ ਆਪਦੇ ਵਿਸ਼ਵਾਸ ਹੁੰਦੇ ਨੇ ਕਿਵੇਂ ਲੋਕ ਜੁੜੇ ਨੇ, ਪਰ ਇੱਕ ਪਤਾ ਨਹੀਂ ਉਹ ਮੰਦਭਾਗੀ ਵੀ ਕਹਿ ਸਕਦੇ ਹਾਂ ਜਾਂ ਉਹ ਹਜੇ ਤੱਕ ਉਹਦੇ 'ਤੇ ਕਈ ਵਾਰੀ ਲੋਕ ਕਨਫਿਊਜ਼ ਵੀ ਹੋ ਜਾਂਦੇ ਨੇ, ਜਿਹੜੀ ਗੁਰੂ ਘਰਾਂ ਦੇ ਨਾਮ 'ਤੇ ਲਾਟਰੀ ਸਿਸਟਮ ਚੱਲਿਆ ਹੋਇਆ ਜੀ, ਇਹ ਠੀਕ ਹੈ ਜਾਂ ਗਲਤ ਹੈ ਜੀ? ਜੀ ਇੱਕ ਬਹੁਤ ਵਧੀਆ ਕਮੈਂਟ ਆਇਆ, ਮੈਂ ਜ਼ਰੂਰ ਪੜ੍ਹਨਾ ਚਾਹਾਂਗਾ, ਦੋਸਾਂਝਾ ਵਾਲਾ ਹੈ ਕੋਈ ਵੀਰ, ਉਹ ਕਹਿੰਦਾ ਇੰਡੀਆ ਦਾ ਹਿਸਟਰੀ ਹੈ ਕਿ ਤੀਜੀ ਵਾਰ ਜਿਹੜਾ PM ਬਣਦਾ ਉਹਦੇ ਨਾਲ ਇਹੋ ਕੁਝ ਹੁੰਦਾ ਜੀ, 3 ਵਾਰੀ PM ਮੇਰੇ ਖਿਆਲ ਦੇ ਨਾਲ ਨਹਿਰੂ ਸਾਹਿਬ ਬਣੇ, ਪਹਿਲੇ PM ਤੇ ਉਹ ਸੀ, ਤਾਂ ਬਈ ਇਹ ਹੁਣ ਜਿੱਦਾਂ ਕਹਿ ਲਓ ਕਿ ਅਗਲੀ ਵਾਰ ਤੋਂ ਇਹ ਸੋਚ ਕੇ ਚੱਲੂਗਾ ਹਰੇਕ ਬੰਦਾ ਕਿ ਮੈਂ ਤੀਜੀ ਵਾਰ PM ਨਹੀਂ ਬਣਨਾ। ਠੀਕ ਹੈ ਜੀ, ਲਓ ਮੈਂ ਉਹ ਤੁਹਾਨੂੰ ਜਿਹੜੀ ਗੱਲ ਤੁਸੀਂ ਪੁੱਛੀ ਆ ਉਹ ਦੱਸਾਂ, ਤਾਂ ਵੇਖੋ ਸੂਰ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ, ਔਨਲਾਈਨ ਆਪਾਂ 2 ਦਿਨ ਲਗਾਤਾਰ ਗੱਲ ਕੀਤੀ ਆ ਕਿ ਕੀ ਕੁਝ ਚੱਲ ਰਿਹਾ ਜੀ ਜੀ, ਹੁਣ ਇਹ ਨਵਾਂ ਕੰਮ ਆ। ਇੱਕ ਰਿਪੋਰਟਰ ਨੇ ਬਹੁਤ ਅੱਛੇ, ਰੰਧਾਵਾ ਸਾਹਿਬ, ਉਹਨਾਂ ਦੀ ਰਿਪੋਰਟ ਆ, ਉਹਨਾਂ ਨੇ ਖੁਦ ਇਹ ਟਿਕਟਾਂ ਖਰੀਦੀਆਂ, ਫਿਰ ਅਗਲੇ ਦਿਨ ਪੁੱਛਿਆ ਜਿੱਦਣ ਉਹ ਡਰਾ ਦੀ ਡੇਟ ਹੋਏਗੀ, ਤਾਂ ਉਹ ਕਹਿੰਦੇ ਜੀ ਤੁਹਾਡਾ ਡਰਾ ਨਹੀਂ ਨਿਕਲਿਆ, ਬਸ ਗਿਆ ਕੰਮ ਜੀ। ਤਾਂ ਹੋ ਕੀ ਰਿਹਾ ਕਿ ਇੱਕ ਤਾਂ ਇਹ ਆ ਕਿ ਜਿਹੜਾ ਇਸ ਤਰ੍ਹਾਂ ਦਾ ਡਰਾ ਸਿਸਟਮ ਹੈ, ਤੁਹਾਨੂੰ ਪਤਾ ਹੋਣਾ ਕਿ ਸੋਸ਼ਲ ਮੀਡੀਆ 'ਤੇ ਕੰਟਰੋਵਰਸੀ ਵੀ ਹੋਈ ਆ
ਅੱਜ ਤੋਂ ਕੁਛ ਮਹੀਨੇ ਪਹਿਲਾਂ ਇਹਦੇ ਵਿਰੋਧ ਦੇ ਵਿੱਚ, ਕਿਉਂਕਿ ਕੁਛ ਜਿਹੜੇ ਹੈਗੇ ਨੇ ਸਾਡੇ ਮਾਨਯੋਗ, ਇਹਨਾਂ ਨੂੰ ਇਨਫਲੂਐਂਸਰ ਕਹਿੰਦੇ ਆ ਨਾ ਜੀ, ਉਹ ਵੀ ਆ ਗਏ ਐਡਾਂ ਕਰਨ ਵਾਸਤੇ ਸੋਸ਼ਲ ਮੀਡੀਆ ਦੇ। ਸਾਨੂੰ ਤਾਂ ਨਾਂ ਨਹੀਂ ਆਉਂਦਾ ਵੀਰੇ, ਅਸੀਂ ਤਾਂ ਹੁਣ ਤੁਹਾਨੂੰ ਪਤਾ ਹੀ ਆ ਆਹ ਮਾੜਾ ਮੋਟਾ ਆਪਦੇ ਜੋਗਾ ਕਰੀ ਜਾਂਦੇ ਹਾਂ ਖਬਰਾਂ ਖੁਬਰਾਂ 'ਚੋਂ। ਤਾਂ ਉਹ ਬਈ ਜਿਹੜੇ ਵੱਡੇ ਪ੍ਰਭਾਵਸ਼ਾਲੀ ਜਿਹੜੇ ਯੂਟਿਊਬਰ ਆ ਉਹ ਵੀ ਐਡਾਂ ਕਰਨ ਲੱਗ ਗਏ ਸਨ।